ਪੰਜਾਬ ਦਾ ਇੱਕ ਹੋਰ ਨੌਜਵਾਨ ਪਾਕਿਸਤਾਨ ਦੇ ਨਾਲ ਲੜਦੇ ਲੜਦੇ ਉਸਦੀ ਗੋਲੀ ਦਾ ਸ਼ਿਕਾਰ ਹੋ ਸ਼ਹੀਦ ਹੋ ਗਿਆ। ਗੁਰਦਾਸਪੁਰ ਦਾ ਰਜਿੰਦਰ ਸਿੰਘ 4 ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ਅਤੇ ਸ਼੍ਰੀਨਗਰ 'ਚ ਤੈਨਾਤ ਸੀ ਅਤੇ ਸ਼੍ਰੀਨਗਰ ਦੇ ਕੋਲ ਮਾਛਲ ਸੈਕਟਰ 'ਚ ਪਾਕਿਸਤਾਨੀ ਸੈਨਿਕਾਂ ਦੇ ਨਾਲ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਨੌਜਵਾਨ ਸ਼ਹੀਦ ਹੋ ਗਿਆ, ਜਿਸ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਮਾਂ ਨੇ ਬਹਾਦਰੀ ਦੇ ਨਾਲ ਆਪਣੇ ਬੇਟੇ ਦੀ ਅੰਤਿਮ ਯਾਤਰਾ ਨੂੰ ਕੰਧਾ ਦਿੰਦੇ ਹੋਏ ਭਾਰਤ ਮਾਂ ਦੇ ਗਗਨ ਚੁੰਬੀ ਨਾਰੇ ਲਗਾਏ। ਇਸ ਦੁੱਖ ਦੀ ਘੜੀ 'ਚ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦੁਆਰਾ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੰਤਰੀ ਰੰਧਾਵਾ ਨੇ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਐਕਸ ਗਰੋਸੀਆ ਗ੍ਰਾਂਟ ਦੇ ਤਹਿਤ 12 ਲੱਖ ਰੁਪਏ ਅਤੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਦੇ ਆਧਾਰ 'ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇੰਨੇ ਸ਼ਹੀਦ ਜਿਹੜੇ ਮੇਰੇ ਆਪਣੇ ਇਲਾਕੇ 'ਚ ਡੇਰ ਬਾਬਾ ਨਾਨਕ ਵਿੱਚ ਹੀ 8 ਤੋਂ 9 ਸ਼ਹੀਦ ਹੋਣ ਤੱਕ ਇਹਨਾਂ 5-7 ਸਾਲਾਂ 'ਚ ਪਹੁੰਚ ਗਿਆ। ਪੰਜਾਬ ਸਰਕਾਰ 12 ਲੱਖ ਜਿਹੜੀ ਇਹਨਾਂ ਨੂੰ ਗ੍ਰਾਂਟ ਦਿੱਤੀ ਆ, ਜਿਹੜੀ ਗ੍ਰਾਂਟਾਂ ਨੇ ਇਹ ਤਾਂ ਸਰਕਾਰ ਦੀ ਕੋਈ ਚੀਜ਼ ਨਹੀਂ। ਜਿਨ੍ਹਾਂ ਦਾ ਬੱਚਾ ਚਲਾ ਗਿਆ, ਜਿਹੜਾ 6 ਮਹੀਨੇ ਬੱਚਾ ਉਹਦਾ ਬਾਪ ਚਲਾ ਗਿਆ, ਲੜਕੀ ਜਿਹਦੀ ਹਸਬੈਂਡ ਸੀ ਉਹਦੀ ਅਜੇ 19 ਸਾਲ ਉਮਰ ਆ, ਬਾਪ ਨੂੰ ਕੰਨਾਂ ਤੋਂ ਨਹੀਂ ਸੁਣਦਾ, ਭਰਾ ਦੋਵੇਂ ਜਿਹੜੇ ਨੇ ਉਹ ਜਦੋਂ ਉਹਨਾਂ ਵੱਲ ਦੇਖੀ ਤਾਂ ਵਾਕਿਆ ਹੀ ਬੜੀ ਜਿਹੜੀ ਆਪਾਂ ਕਹਿੰਦੇ ਸੀ ਕਿ ਇਲੈਕਸ਼ਨਾਂ ਦੇ ਵਿੱਚ ਆਪਾਂ ਨਾਰਾ ਦਿੱਤਾ ਸੀ ਅੰਦਰ ਜਾਣਗੇ, ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਿਰਫ ਇਲੈਕਸ਼ਨਾਂ ਤੱਕ ਹੀ ਰਹਿ ਗਈਆਂ। ਥੋੜ੍ਹੇ ਦਿਨ ਜ਼ਰੂਰ ਹੁਣ ਸ਼ਾਂਤੀ ਹੋਈ ਸੀ ਇਲੈਕਸ਼ਨਾਂ ਤੋਂ ਬਾਅਦ, ਦੁਬਾਰਾ ਜਿਹੜਾ ਟੈਰਿਸਟ ਅਟੈਕ ਜਾਂ ਇਹ ਮੁੰਡਾ ਸਾਡਾ ਰਜਿੰਦਰ ਸ਼ਹੀਦ ਹੋਇਆ, ਅਤੇ ਇਹਦੇ ਨਾਲ ਜਿੱਥੇ ਦੇਸ਼ ਨੂੰ ਨੁਕਸਾਨ ਹੋਇਆ, ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ, ਸਾਡੇ ਇਲਾਕੇ ਨੂੰ ਬਹੁਤ ਹੈ। ਜਿਹੜੇ ਇਹਨਾਂ ਦਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਊਗੀ ਔਰ ਨਾਲ 12 ਲੱਖ ਰੁਪਈਆ ਜਿਹੜਾ ਉਹ ਪੰਜਾਬ ਸਰਕਾਰ ਗ੍ਰਾਂਟ ਜਿਹੜੀ ਉਹ ਇਮੀਡੀਏਟਲੀ ਭੋਗ ਵਾਲੇ ਦਿਨ ਅਸੀਂ ਰਿਲੀਜ਼ ਪੈਸੇ ਕਰ ਦੇਵਾਂਗੇ, ਔਰ ਜਿਹੜੇ ਜਿਸ ਦਿਨ ਜਿਹੜੀ ਕੁਆਲੀਫਿਕੇਸ਼ਨ ਆ ਔਰ ਜੋ ਕੁਆਲੀਫਿਕੇਸ਼ਨ ਨੌਕਰੀ ਮਿਲਦੀ ਹੋਏਗੀ ਉਹ ਇਮੀਡੀਏਟਲੀ ਉਸ ਨੂੰ ਦਿੱਤੀ। ਦੱਸ ਦਈਏ ਗੁਰਦਾਸਪੁਰ ਦਾ ਸ਼ਹੀਦ ਜਵਾਨ 4 ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ਅਤੇ 57 ਰਾਸ਼ਟਰੀ ਰਾਈਫਲ ਨਾਲ ਸ਼੍ਰੀਨਗਰ ਵਿੱਚ ਤੈਨਾਤ ਸੀ ਅਤੇ ਬੀਤੇ ਦਿਨ ਉਹ ਮਾਛਲ ਸੈਕਟਰ 'ਚ ਡਿਊਟੀ 'ਤੇ ਤੈਨਾਤ ਸੀ ਅਤੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਾਰਨ ਰਾਜਿੰਦਰ ਸਿੰਘ ਸ਼ਹੀਦੀ ਦਾ ਜਾਮ ਪੀ ਗਿਆ। ਗੁਰਦਾਸਪੁਰ ਤੋਂ ਸੰਜੀਵ ਮਗੋਤਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।